ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਕੌਰ। ਅੱਜ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੇ ਵੀ ਯੂਟਿਊਬ ਵੀਡੀਓਜ਼ ਦੇ ਵਿਊ ਨਹੀਂ ਆਉਂਦੇ ਅਤੇ ਆ ਕੇ ਤੁਹਾਡਾ ਦਿਲ ਕਰਦਾ ਕਿ ਚੈਨਲ ਬੰਦ ਹੀ ਕਰ ਦਿੱਤਾ ਜਾਵੇ, ਕਿਉਂਕਿ ਇਹ ਸਾਰਿਆਂ ਨਾਲ ਹੀ ਹੁੰਦਾ ਕਿਤੇ ਨਾ ਕਿਤੇ। ਜੇ ਇਹੀ ਸਮੱਸਿਆ ਤੁਹਾਡੀ ਹੈ ਨਾ, ਤਾਂ ਫਿਰ ਅੱਜ ਉਹ ਸਮੱਸਿਆ ਦਾ ਤੁਹਾਨੂੰ ਹੱਲ ਦਿੱਤਾ ਜਾਊਗਾ ਕਿ ਆਖਿਰਕਾਰ ਕਿਉਂ ਸਾਡੀਆਂ ਵੀਡੀਓਜ਼ ਦੇ ਵਿਊ ਨਹੀਂ ਆਉਂਦੇ ਅਤੇ ਇਸ ਤੋਂ ਬਾਅਦ ਦੇ ਵਿੱਚ ਤੁਹਾਡਾ ਚੈਨਲ ਡੈਫੀਨੇਟਲੀ ਗਰੋ ਕਰੂਗਾ। ਕਿਉਂਕਿ ਇਹ ਪ੍ਰੋਬਲਮ ਹਰ ਕੋਈ ਫੇਸ ਕਰਦਾ। ਗੱਲ ਹੁੰਦੀ ਹੈ ਆਪਣੇ ਕੰਮ ਨੂੰ ਰੀਚੈੱਕ ਕਰਨ ਦੀ। ਅੱਜ ਮੈਂ ਤੁਹਾਡੇ ਲਈ ਨਾ ਇੱਕ ਅਜਿਹੀ ਵੀਡੀਓ ਲੈ ਕੇ ਆਈ ਹਾਂ ਜਿਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੀਆਂ ਗਲਤੀਆਂ ਕਿੱਥੇ ਨੇ। ਸੋ ਉਹ ਚੀਜ਼ ਤੁਹਾਡੇ ਲਈ ਬਹੁਤ ਹੈਲਪਫੁੱਲ ਹੋਣੀ ਆ, ਜਿਹਦੇ ਵਿੱਚ ਤੁਹਾਨੂੰ 5 ਸੀਕ੍ਰੇਟਸ ਇਸ ਤਰ੍ਹਾਂ ਦੇ ਪਤਾ ਲੱਗਣਗੇ ਕਿ ਤੁਸੀਂ ਆਪਣੇ ਚੈਨਲ ਨੂੰ ਉਹਨਾਂ ਦੇ ਬਿਹਾਫ 'ਤੇ ਇੰਪਰੂਵ ਕਰਕੇ ਗਰੋ ਕਰ ਸਕਦੇ ਹੋ। ਮੈਨੂੰ ਉਹ ਵੀਡੀਓ ਬਹੁਤ ਵਧੀਆ ਲੱਗੀ ਅਤੇ ਮੇਰਾ ਮਨ ਹੈ ਕਿ ਤੁਹਾਡੇ ਸਾਰਿਆਂ ਨਾਲ ਵੀ ਉਹ ਵੀਡੀਓ ਮੈਂ ਸਾਂਝੀ ਕਰਾਂ। ਉਹ ਵੀਡੀਓ ਹੈ ਜੀ ਧਰੁਵ ਰਾਠੀ ਦੀ, ਜਿਨ੍ਹਾਂ ਨੇ ਕਿ ਆਪਣੇ ਯੂਟਿਊਬ ਕਰੀਅਰ ਦੀ ਰਿਐਲਿਟੀ ਦੱਸੀ ਉਸ ਵੀਡੀਓ ਦੇ ਵਿੱਚ ਅਤੇ ਕਿਵੇਂ ਉਹ 0 ਤੋਂ 17 ਮਿਲੀਅਨ ਤੱਕ ਪਹੁੰਚ ਕੇ ਸਟੈਪ ਬਾਏ ਸਟੈਪ ਸਾਰਾ ਕੁਝ ਦੱਸਿਆ ਅਤੇ ਕੀ ਗਲਤੀਆਂ ਜਿਹੜੇ ਇੱਕ ਆਮ ਯੂਟਿਊਬਰ ਕਰ ਦਿੰਦਾ ਗਾ ਅਤੇ ਉਹ ਗਲਤੀਆਂ ਕਿਵੇਂ ਠੀਕ ਕਰਨੀਆਂ ਨੇ, ਉਹ ਸਾਰਾ ਕੁਝ ਉਸ ਵੀਡੀਓ ਦੇ ਵਿੱਚ ਦੱਸਿਆ ਗਿਆ। ਸੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾਓ, ਲਿੰਕ ਓਪਨ ਕਰੋ, ਇਹ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਾਕਈ ਦੇਖਿਓ, ਬਿਲਕੁਲ ਵੀ ਸਕਿੱਪ ਨਾ ਕਰਿਓ। ਦੂਜੀ ਗੱਲ, ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਆਪ ਸਭ ਨੇ ਮੇਰੀ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਜੋ ਮੈਨੂੰ ਦੁਆਵਾਂ ਦਿੱਤੀਆਂ, ਸੋ ਆਪ ਸਭ ਜੀ ਦਾ ਇੱਕ ਵਾਰ ਫਿਰ ਤੋਂ ਮੈਂ ਧੰਨਵਾਦ ਕਰਦੀ ਹਾਂ ਜੀ। ਕੋਸ਼ਿਸ਼ ਰਹੇਗੀ ਕੁਝ ਨਾ ਕੁਝ ਵਧੀਆ ਲੈ ਕੇ ਆਉਣ ਦੀ। ਅਖੀਰਕਾਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ।